हमेशा मुसलमानों नू ते सिखां नू मिलियां ने। ए 75 लाख जिहड़े तुसी साइन कीते ने, जे साडी जमीन जागदी है ते तुसी 75 लाख चो 35 लाख इत्थे इकट्ठे हो जाओ, वो अपनी मां नू नहीं जम्मिया जिहड़ा भुल्ला नू फांसी ला जे। तुसी इकट्ठे नहीं हो सकदे, तुहाडी जमीन जागदी नहीं, तुहानू खोते दे उत्ते खल पई होई शेर दे संडे अज तक जिहड़ा साडी कौम नू खा गया। तो खालसा जी, सा तो सारे तो वड्डी गलती साडी यही है।
ਕਰਦੇ ਨੇ ਪਿਓ ਪੁੱਤਰ ਠੱਠਾ ਕਾਲ ਤਖ਼ਤ ਮਰੀ ਜਵਾਨੀ ਸਿੱਖਾਂ ਦੀ ਤੇ ਮੌਜਾ ਪਿਓ ਪੁੱਤਰ ਮਾਰਦੇ ਨੇ ਤੇ ਅੱਜ ਲਲਕਾਰਦੇ ਨੇ ਕਿ ਅਸੀਂ ਪੰਜਾਬ ਦੇ ਵਿੱਚ ਹਿੱਲਣ ਨਹੀਂ ਦਿਆਂਗੇ ਕਿਸੇ ਨੂੰ। ਇੱਕ ਜਸਪਾਲ ਸਿੰਘ ਨੂੰ ਗੋਲੀ ਮਾਰੀ ਨਿਸ਼ਾਨਾ ਬਣਾ ਕੇ ਟਾਰਗੇਟ ਕਰਕੇ AK-47 ਨਾਲ ਬਕਾਇਦਾ ਵੀਡੀਓ ਤੁਸੀਂ ਦੇਖ ਸਕਦੇ ਹੋ ਇੰਟਰਨੈਟ ਤੇ। ਤੋਂ ਸਭ ਤੋਂ ਪਹਿਲਾਂ ਸਾਡੇ ਸੰਤ ਸਮਾਜ ਦੇ ਮੁਖੀ ਨੇ ਤਲਾਲੀ ਕੀਤੀ ਜਾ ਕੇ ਸਭ ਤੋਂ ਪਹਿਲਾਂ ਜਾ ਕੇ ਅਕਾਲ ਤਖ਼ਤ ਦੇ ਜਥੇਦਾਰ ਖਾਉਣ ਵਾਲੇ ਗ੍ਰੰਥੀ ਗਿਆਨੀ ਗੁਰਬਚਨ ਸਿੰਘ ਨੇ ਦਲਾਲੀ ਕੀਤੀ ਜਾ ਕੇ ਮੁੰਡੇ ਦਾ ਪੋਸਟਮਾਰਟਮ ਹੋ ਕੇ ਘਰ ਆਇਆ 10,000 ਦਾ ਇਕੱਠ ਆ ਗਿਆ। ਡੀਸੀ ਨੂੰ ਘੇਰ ਕੇ ਕਮਰੇ ਚ ਬਿਠਾਇਆ ਤੇ ਇਹਨਾਂ ਦੋਵਾਂ ਨੇ ਗਰੰਟੀ ਦਿੱਤੀ ਕਿ ਅਸੀਂ ਮੁੱਲ ਪਵਾਵਾਂਗੇ ਅੱਜ ਜੋ ਮੁੱਲ ਪੈ ਗਿਆ ਇਹ ਜਵਾਬ ਦੇ ਦੇਣ। ਫਿਰ ਤੇ ਸੰਤ ਸਮਾਜ ਆ ਵਰਨਾ ਇਹ ਸੰਤ ਕਿਹੋ ਜੇ ਸੰਤ ਸੰਤ ਸੀ ਬਾਬਾ ਵੀਰ ਸਿੰਘ ਨਰਿੰਗਾਬਾਦ ਵਾਲੇ ਵਰਗੇ ਸ਼ਰਮ ਆਇਆ ਸਿੱਖ ਨਹੀਂ ਦਿੱਤਾ ਤੂੰਬੇ ਤੁੜਵਾਲੇ ਅੱਜ 365 ਖੰਡ ਪਾਠ ਹੁੰਦੇ ਨੇ ਉਹਦੇ ਸ਼ਹੀਦੀ ਦਿਨ 365 ਇੱਕ ਸਾਲ ਚ ਹੁੰਦੇ ਨੇ ਤੇ ਬਾਬਾ ਵੀਰ ਸਿੰਘ ਨਰਿੰਗਾਬਾਦ ਵਾਲੇ ਹੁੰਦੇ ਨੇ ਬਾਬਾ ਧੁੰਮਾ ਜੀ ਤੁਹਾਡਾ ਭੋਗ ਨਹੀਂ ਪਾਉਣਾ ਕਿਸੇ ਨੇ ਤੂੰ ਸੰਤ ਸ਼ਬਦ ਤੇ ਕਲੰਕ ਨਾ ਮਾਰੋ। ਖਾਲਸਾ ਜੀ ਮੁੱਕ ਦੀ ਗੱਲ ਇੱਕੋ ਹੀ ਆ ਕਿ ਜੇ ਤੇ ਤੁਹਾਡਾ ਇਕੱਠ ਇਹ ਕੇਸਰੀ ਦਸਤਾਰਾਂ ਦਾ ਸੜਕਾਂ ਤੇ ਨਜ਼ਰ ਆ ਜਾਓ ਤੇ ਭੁੱਲਰ ਦੀ ਵਾਹ ਵੱਲ ਕੋਈ ਨਹੀਂ ਦੇਖ ਸਕਦਾ ਤੇ ਜੇ ਤੁਸੀਂ ਇਸੇ ਤਰ੍ਹਾਂ ਹੀ 200-400 ਦੇ ਗਰੁੱਪਾਂ ਦੇ ਵਿੱਚ ਨਾਰੇ ਮਾਰ ਕੇ ਪਾਸੇ ਹੋਗੇ ਫਿਰ ਮਾਰ ਵੀ ਖਾਓਗੇ ਮੁੰਡੇ ਵੀ ਮਰਵਾਓਗੇ ਤੇ ਬਣਨਾ ਵੀ ਕੱਖ ਨਹੀਂ।